ਫਤਿਹਗੜ੍ਹ ਸਾਹਿਬ ਦੇ ਬਚਤ ਭਵਨ ਵਿਖੇ ਪੰਜਾਬ ਦੇ ਗ੍ਰਹਿ ਸਕੱਤਰ ਸ਼੍ਰੀ ਕੁਮਾਰ ਰਾਹੁਲ ਨੇ ਫਤਿਹਗੜ੍ਹ ਸਾਹਿਬ ਪਟਿਆਲਾ ਰੂਪਨਗਰ ਬਰਨਾਲਾ ਸੰਗਰੂਰ ਅਤੇ SAS ਨਗਰ ਦੇ SDM ਤੇ DSP ਨਾਲ ਮੀਟਿੰਗ ਕੀਤੀ। ਇਸ ਦੌਰਾਨ ਨਸ਼ੇ ਨੂੰ ਜੜੋਂ ਖਤਮ ਕਰਨ ਦੇ ਲਈ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਵਿਸ਼ੇਸ਼ ਰਣਨੀਤੀ ਬਣਾਈ ਗਈ। ਇਸ ਮੌਕੇ ਗ੍ਰਹਿ ਸਕੱਤਰ ਸ਼੍ਰੀ ਕੁਮਾਰ ਰਾਹੁਲ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਵੱਡੀ ਗਈ ਮੁਹਿੰਮ ਨੂੰ ਲੋਕ ਲਹਿਰ ਬਣਾਉਣ ਲਈ ਪੰਜਾਬ ਵਿੱਚ 450,000 ਡੈਪੋ ਨਸ਼ਾ ਵਿਰੋਧੀ ਮੁਹਿੰਮ ਨਾਲ ਜੋੜੇ ਗਏ ਹਨ ਤਾਂ ਜੋ ਪੰਜਾਬ ਵਿੱਚੋਂ ਨਸ਼ਿਆਂ ਦਾ ਮੁਕੰਮਲ ਤੌਰ ਤੇ ਖਾਤਮਾ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਰਾਜ ਪੱਧਰ ਤੇ 300 ਮਾਸਟਰ ਟ੍ਰੇਨਰਾਂ ਨੂੰ ਸਿਖਲਾਈ ਦਿੱਤੀ ਗਈ ਹੈ ਜੋ ਕਿ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਵਿੱਚ ਸਬ ਡਿਵੀਜ਼ਨ ਪੱਧਰ ਤੇ ਭਰਤੀ ਕੀਤੇ ਗਏ ਗਰਾਊਂਡ ਲੈਵਲ ਟ੍ਰੇਨਰਾਂ ਨੂੰ ਸਿਖਲਾਈ ਦੇਣਗੇ। IG ਪਟਿਆਲਾ ਰੇਂਜ AS ਰਾਏ ਨੇ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਨੂੰ ਠੱਲ ਪਾਉਣ ਵਾਸਤੇ ਬਣਾਈ ਗਈ ਸਪੈਸ਼ਲ ਟਾਸਕ ਫੋਰਸ ਵੱਲੋਂ ਚੁੱਕੇ ਗਏ ਸਖ਼ਤ ਕਦਮਾਂ ਨਾਲ ਪੰਜਾਬ ਵਿੱਚ ਨਸ਼ਿਆਂ ਦੀ ਸਪਲਾਈ ਨੂੰ ਰੋਕਣ ਵਿੱਚ ਕਾਫੀ ਹੱਦ ਤੱਕ ਸਫਲਤਾ ਹਾਸਲ ਹੋਈ ਹੈ ਅਤੇ ਹੁਣ ਇਸ ਨਸ਼ਾ ਵਿਰੋਧੀ ਮੁਹਿੰਮ ਨੂੰ ਪਿੰਡ ਅਤੇ ਵਾਰਡ ਪੱਧਰ ਤੇ ਸਫਲ ਕਰਨ ਲਈ ਡੈਪੋ ਅਤੇ ਅਗਾਂਹ ਵਧੂ ਸੋਚ ਵਾਲੇ ਲੋਕਾਂ ਦਾ ਸਹਿਯੋਗ ਲਿਆ ਜਾਵੇਗਾ। 7 ਤਰੀਕ ਤੋਂ ਮਾਸਟਰ ਟ੍ਰੇਨਰਸ ਆ ਰਹੇ SDMs ਨੂੰ ਰਿਪੋਰਟ ਕਰ ਰਹੇ ਅਤੇ SDMs ਦੇ ਨਾਲ ਮੀਟਿੰਗ ਕਰਨ ਦਾ ਮੰਤਵ ਸੀ ਕਿ ਜਿਹੜਾ ਟ੍ਰੇਨਿੰਗ ਦਾ ਕੰਮ ਹੈਗਾ ਡਾਪੋ ਪ੍ਰੋਗਰਾਮ ਦੇ ਵਿੱਚ ਉਹ ਇਸ ਗਵਰਨਮੈਂਟ ਦਾ ਇੱਕ ਮਿਸ਼ਨ ਹੈਗਾ ਡਰੱਗ ਅਬਿਊਜ਼ ਪ੍ਰੀਵੈਂਸ਼ਨ ਆਫਿਸਰ ਅਤੇ ਇਹਦੇ ਵਿੱਚ ਅਸੀਂ ਵਾਲੰਟੀਅਰਸ ਸਿਟੀਜ਼ਨ ਵਾਲੰਟੀਅਰਸ ਦੈਨ ਆਫੀਸ਼ੀਅਲ ਵਾਲੰਟੀਅਰ ਰਜਿਸਟਰ ਕਰ ਰਹੇ ਅਤੇ ਇਹਨੂੰ ਇੱਕ ਮੂਵਮੈਂਟ ਤੌਰ 'ਤੇ ਲੈ ਕੇ ਅਸੀਂ ਪੰਜਾਬ ਦੇ ਵਿੱਚ ਜਿਹੜਾ ਡਰੱਗ ਦਾ ਮਸਲਾ ਹੈਗਾ ਉਹਨੂੰ ਨੱਥ ਪਾਉਣ ਦੀ ਕੋਸ਼ਿਸ਼ ਕਰ ਰਿਹਾ। 5 ਲੱਖ ਬੰਦੇ ਜਿਹੜੇ ਹੈਗੇ 4.5 ਲੱਖ ਰਜਿਸਟਰ ਕਰਤਾ ਹੈਗਾ ਸਾਡੇ ਡਿਫਰੈਂਟ ਜ਼ਿਲ੍ਹਿਆਂ ਦੇ ਵਿੱਚ ਐਂਡ ਇਹਦਾ ਮਤਲਬ ਹੋਇਆ ਕਿ ਦੇ ਉਹ ਅੱਗੇ ਆ ਰਹੇ ਹੈ ਸਾਡੇ ਨਾਲ ਮਿਲ ਕੇ ਪੰਜਾਬ ਦੇ ਵਿੱਚ ਜਿਹੜੇ ਵੀ ਡਰੱਗ ਦਾ ਸਮੱਸਿਆ ਹੈਗਾ ਉਹਦੇ ਵਿੱਚ ਸਾਡੇ ਨਾਲ ਮਿਲ ਕੇ ਕੰਮ ਕਰਾਂਗੇ ਅਤੇ ਇਹਦੇ ਵਿੱਚ ਅਸੀਂ ਟ੍ਰੇਨਿੰਗ ਦੇ ਰਹੇ ਮਾਸਟਰ ਟ੍ਰੇਨਰ ਅਪੁਆਇੰਟ ਕੀਤਾ ਹੈਗਾ ਗਰਾਊਂਡ ਲੈਵਲ ਦੇ ਟ੍ਰੇਨਰ ਆਈਡੈਂਟੀਫਾਈ ਕਰਕੇ ਉਹਨਾਂ ਨੂੰ ਟ੍ਰੇਨਿੰਗ ਦੇਣਾ ਹੈਗਾ ਦੈਨ ਵਿਲੇਜ ਵਾਈਜ਼ ਵਾਰਡ ਵਾਈਜ਼ ਜਿਹੜੇ ਵੀ ਜੇ ਕੋਈ ਸਰਕਾਰੀ ਮੁਲਾਜ਼ਮ ਹੈਗਾ ਜੇ ਕੋਈ ਬੰਦਾ ਆਪਣਾ ਕਾਮਨ ਮੈਨ ਵੀ ਹੈਗਾ ਕੋਈ ਐਕਸ ਸਰਪੰਚ ਹੈਗਾ ਉਹ ਵੀ ਸਾਰਾ ਡਾਪੋ ਦਾ ਮੈਂਬਰ ਬਣ ਸਕਦਾ ਅਤੇ ਸਾਡੇ ਨਾਲ ਮਿਲ ਕੇ ਜੇ ਕੋਈ ਬੰਦਾ ਡਰੱਗ ਐਡਿਕਟ ਹੈਗਾ ਉਹਨੂੰ ਆਈਡੈਂਟੀਫਾਈ ਕਰ ਸਕਦੇ ਉਹਨੂੰ ਅਸੀਂ ਰੀਹੈਬਿਲੀਟੇਟ ਕਰਨ ਦੀ ਕੋਸ਼ਿਸ਼ ਕਰ ਸਕਦੇ। ਬੇਸਿਕਲੀ ਪਰਪਸ ਹੈਗਾ ਨਸ਼ਾ ਮੁਕਤ ਮੁਹੱਲਾ ਨਸ਼ਾ ਮੁਕਤ ਪਿੰਡ ਬਣਾਉਣ ਦਾ। ਨੂੰ ਨਸ਼ਾ ਮੁਕਤ ਕਰਨ ਦਾ ਸਵਾਲ ਸੀਗਾ ਉਹਦੇ ਦੋ ਐਸਪੈਕਟ ਸੀਗੇ। ਪਹਿਲਾ ਸੀਗਾ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਸਪਲਾਈ ਨੂੰ ਰੋਕਣਾ ਔਰ ਉਸ ਉਪਲਬਧ ਇੱਕ ਔਰਗਨਾਈਜੇਸ਼ਨ ਕ੍ਰੀਏਟ ਕੀਤੀ ਗਈ ਜਿਹਦਾ ਨਾਂ ਸਟੇਟ ਟਾਸਕ ਫੋਰਸ ਹੈਗਾ। ਉਸ ਨੇ ਪਿਛਲੇ ਸਾਲ ਦੇ ਵਿੱਚ ਬਹੁਤ ਹੰਬੜਾ ਮਾਰਿਆ ਔਰ ਉਸ ਹੰਬੜੇ ਦੇ ਤਹਿਤ ਜਿੱਥੋਂ ਤਾਈਂ ਨਸ਼ੇ ਦੀ ਸਪਲਾਈ ਔਰ ਉਹਦੀ ਕੰਜਮਸ਼ਨ ਸੀਗੀ ਉਹਦੇ ਲਈ ਪੰਜਾਬ ਦੇ ਵਿੱਚ ਕਮੀ ਆਈ ਹੈਗੀ ਹੈ। ਹੁਣ ਜਿਹੜਾ ਦੂਜਾ ਇੱਕ ਇਹਦਾ ਪੜਾਅ ਹੈਗਾ ਇਸੇ ਮੂਵਮੈਂਟ ਦਾ ਉਹ ਇਹ ਹੈਗਾ ਕਿ ਇਹਨੂੰ ਬਰਾਡ ਬੇਸਡ ਪੀਪਲ ਮੂਵਮੈਂਟ ਬਣਾਉਣਾ ਔਰ ਉਹ ਪੀਪਲ ਮੂਵਮੈਂਟ ਬਣਾਉਣ ਲਈ ਹੀ ਇਹ ਡਰੱਗ ਅਵੇਅਰਨੈਸ ਪ੍ਰੋਗਰਾਮ ਇਹ ਉਲੀਕਿਆ ਗਿਆ ਹੈਗਾ ਜਿਹਦੇ ਵਿੱਚ ਕੋਈ 5 ਲੱਖ ਦੇ ਕਰੀਬ ਆਪਣਾ ਡਾਪੋ ਇਹ ਮੋਬਲਾਈਜ਼ ਕੀਤੇ ਗਏ ਨੇ ਜਿਹੜੇ ਕਿ ਹਰ ਇੱਕ ਜਗ੍ਹਾ 'ਤੇ ਮੁਹੱਲੇ 'ਤੇ ਇਹ ਵੋਲੰਟੀਅਰਸ ਹੋਣਗੇ ਜਿਹੜੇ ਕਿ ਆਪਣੇ ਮੁਹੱਲੇ ਨੂੰ ਆਪਣੇ ਪਿੰਡ ਨੂੰ ਆਪਣੀ ਗਲੀ ਨੂੰ ਨਸ਼ਾ ਮੁਕਤ ਕਰਨਗੇ। ਫਤਿਹਗੜ੍ਹ ਸਾਹਿਬ ਤੋਂ ਪੰਜਾਬੀ ਸਰਗਰਮੀ ਲਈ ਕੈਮਰਾਮੈਨ ਹਰਵਿੰਦਰ ਮੱਕਾ ਦੇ ਨਾਲ ਬਹਾਦਰ ਸਿੰਘ ਟਵਾਣਾ ਦੀ ਰਿਪੋਰਟ।